ਸਾਰਾ ਮੈਨੂੰ ਇਨਸਾਫ ਦਿਓ ਮੈਨੂੰ ਬਸ ਮੈਂ ਇਨਸਾਫ ਲੈਣਾ ਚਾਹੁੰਦੀ ਹਾਂ ਇਸ ਆਮ ਆਦਮੀ ਸਰਕਾਰ ਦੇ ਹੁੰਦੇ ਹੋਏ ਵੀ ਇਨਸਾਫ ਕੋਈ ਨਹੀਂ ਮਿਲਿਆ ਮੈਨੂੰ ਚਾਹ ਦੇਣੋਗੇ ਕੁੜੀ ਨੂੰ ਮੈਨੂੰ ਕੋਈ ਪੁੱਛਣ ਨਹੀਂ ਆਇਆ ਮੇਰੀ ਕੁੜੀ ਨੂੰ ਆਈ ਉਹਨਾਂ ਨੇ ਮੇਰੇ ਪਹਿਲਾਂ ਵੱਟਾ ਮਾਰਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਮੇਰੀ ਮਾਤਾ ਖਿੱਚੀ ਉਹਨਾਂ ਨੇ ਬਾਹਰ ਤੇ ਸਾਡੇ ਕੋਲ ਆਡੀਓ ਵੀ ਪਈ ਆ ਤੇ ਵੀਡੀਓ ਵੀ ਪਈ ਆ ਸਾਡੇ ਕੋਲ ਦੋਨੋਂ ਚੀਜ਼ਾਂ ਪਈਆਂ ਤੁਸੀਂ ਸਿਰਫ ਉਹਨਾਂ ਦੀ ਵੀਡੀਓ ਦੇਖੀ ਸਾਡੀ ਵੀ ਦੇਖੋ ਸਾਡੇ ਕੋਲ ਵੀ ਪਿਆ ਸਾਰਾ ਕੁਝ ਬਾਕੀ ਆਪਦੇ ਬੱਚਾ ਜੋ ਕੀਤਾ ਅਸੀਂ ਆਪਦੇ ਬਚਾ ਲਈ ਕੀਤਾ ਅਸੀਂ ਬੇਮਤਲਬ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨੇ ਟਰਾਲੀ ਸੀਗੀ ਮਤਲਬ ਸੱਟਣ ਵਾਲੀ ਉਹ ਪੀਜੀ ਮਤਲਬ ਸੱਟ ਰਹੇ ਸੀਗੇ ਇੱਟਾਂ ਮੱਟੇ ਸਾਡੇ ਘਰ ਦੇ ਵਿੱਚ ਡਿੱਗ ਰਹੇ ਸੀਗੇ ਸਾਡੀ ਕੈਰੀ ਤੇ ਵੀ ਡਿੱਗੇ ਆ ਸਾਡੇ ਸਕੂਟਰ ਨੂੰ ਵੀ ਨੁਕਸਾਨ ਹੋਇਆ ਕਨਵੈਂਸ਼ਨ ਨੂੰ ਨੁਕਸਾਨ ਹੋਇਆ ਅਸੀਂ ਇਸ ਚੀਜ਼ ਲਈ ਰਿਕੁਐਸਟ ਕੀਤੀ ਸੀ ਨਾ ਕਿ ਅਸੀਂ ਉਹਨਾਂ ਨਾਲ ਕੋਈ ਲੜਾਈ ਝਗੜਾ ਕੀਤਾ ਸੀਗਾ ਸਾਨੂੰ ਇਨਸਾਫ ਦਿਓ ਸਾਨੂੰ ਪਰੇਸ਼ਾਨ ਬਹੁਤ ਕਰਦੇ ਨੇ ਸਾਡੇ ਨਾਲ ਗਾਲੀ ਗਲੋਰੀ ਕਰਦੇ ਨੇ ਸਾਨੂੰ ਰੋੜੇ ਪੱਟੇ ਚਲਾਉਂਦੇ ਨੇ ਸਾਨੂੰ ਕਹਿੰਦੇ ਤੁਹਾਡਾ ਬਾਹਰ ਨਿਕਲਣਾ ਔਖਾ ਕਰ ਦਾਂਗੇ ਤੇਰੇ ਮੁੰਡੇ ਨੂੰ ਫਸਾਵਾਂਗੇ ਮੈਨੂੰ ਸ਼ਰੇਆਮ ਕਿਹਾ ਤੇਰੇ ਮੁੰਡੇ ਤੇ ਪਰਚਾ ਪਵਾਵਾਂਗੇ ਸਾਰੀ ਦਿੱਤੀਆਂ ਸਾਂਝੀਆਂ ਨੇ ਇਹ ਸਾਡੀ ਧੀ ਇਸ ਟਾਈਮ ਇਹਨੇ ਜ਼ੁਲਮ ਹੋਇਆ ਕਹਿੰਦੀ ਹੁੰਦੀ ਇੰਨੀਆਂ ਰਾਡਾਂ ਮਾਰੀਆਂ ਸਿਰ 'ਤੇ ਜੀ ਇਹ ਤਾਂ ਇਹਨਾਂ ਨੇ ਜਾਨਲੇਵਾ ਹਮਲਾ ਕੀਤਾ ਜੀ ਮੇਰੀ ਘਰਵਾਲੀ 'ਤੇ ਕੀਤਾ ਮੇਰੇ ਬੇਟੇ 'ਤੇ ਕੀਤਾ ਮੇਰੇ 'ਤੇ ਕੀਤਾ ਬੱਚਾ ਅੰਦਰ ਸੀ ਨਹੀਂ ਤਾਂ ਉਹਨੂੰ ਮਾਰਨਾ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਅਤੇ ਫਿਰ ਦੇਖੋ ਕੋਈ ਮੂਹਰਿਓਂ ਫਿਰ ਬੰਦਾ ਕੋਈ ਹੋਰ ਹਾਰ ਥੋੜ੍ਹਾ ਪਾਊਗਾ ਕੋਈ ਨਾ ਕੋਈ ਵਿਊ ਤਾਂ ਦਊਗਾ ਜੀ ਅਤੇ ਉਹ ਉਸ ਟਾਈਮ ਉਹ ਰਿਕਾਰਡਿੰਗ ਕਰ ਲੈਂਦਾ ਜਦੋਂ ਆਪ ਬੋਲਦਾ ਉਸ ਟਾਈਮ ਰਿਕਾਰਡਿੰਗ ਹੁੰਦੀ ਨਹੀਂ ਅਤੇ ਉਹ ਫਿਰ ਮੁੜ ਕੇ ਸੱਚਾ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਔਰ ਮੈਂ ਹਰਪਿੰਦਰ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਜਦੋਂ ਵੋਟਾਂ ਪਈਆਂ ਨੇ ਤਾਂ ਲੋਕਾਂ ਨੇ ਬੜਾ ਕੁਛ ਸੋਚ ਸਮਝ ਕੇ ਜਿਹੜੀਆਂ ਵੋਟਾਂ ਪਾਈਆਂ ਸੀਗੀਆਂ ਕਿ ਬਹੁਤ ਵੱਡਾ ਜਿਹੜਾ ਪੰਜਾਬ ਦੇ ਵਿੱਚ ਬਦਲਾਅ ਹੋ ਜਾਵੇਗਾ ਇਸ ਸਰਕਾਰ ਦੇ ਆਉਣ 'ਤੇ ਪਰ ਇਹ ਬਦਲਾਅ ਕਿੰਨਾ ਕੁ ਆਇਆ ਉਹ ਤੁਸੀਂ ਆਪ ਦੇਖ ਲਓਗੇ ਜਿਹੜਾ ਅਪਡੇਟ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ ਮੇਰੇ ਨਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਆ ਇੱਕ ਦੁਖੀ ਪਰਿਵਾਰ ਆ ਜਿਨ੍ਹਾਂ ਦੀ ਕਿ ਧੀ ਜੋ ਕਿ ਇੱਕ ਸਿੰਗਲ ਮਦਰ ਹੈ ਇਸ ਟਾਈਮ ਹੋਸਪਿਟਲ ਦੇ ਵਿੱਚ ਆਪਣੀ ਜਿਹੜੀ ਹੈ ਜ਼ਿੰਦਗੀ ਮੌਤ ਦੀ ਜਿਹੜੀ ਲੜਾਈ ਲੜਦੀ ਪਈ ਇੱਕ ਵਾਰ ਮੈਂ ਚਾਹਾਂਗਾ ਕਿ ਦਿਖਾ ਦਿਓ ਤਸਵੀਰਾਂ ਦੇ ਵਿੱਚ ਔਰ ਇਹ ਸਾਰਾ ਕੀ ਮੁੱਦਾ ਹੈਗਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਕੀ ਨਾਮ ਕੀ ਹੈ ਆਂਟੀ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰੀ ਹੈ ਜੀ ਮੈਂ ਸੋਨਾਲੀ ਦੀ ਮਦਰ ਹੈਗੀ ਹਾਂ ਅੱਛਾ ਇਹਨਾਂ ਦਾ ਨਾਮ ਸੋਨਾਲੀ ਹੈ ਅਤੇ ਇਹ ਸਾਰੀ ਘਟਨਾ ਜਿਹੜੀ ਹੈਗੀ ਹੈ ਇਹਦਾ ਕਾਰਨ ਕੀ ਬਣਿਆ ਜਿਹੜੀ ਸੀ ਸੀ ਟੀ ਵੀ ਤੁਸੀਂ ਸਾਨੂੰ ਦਿੱਤੀ ਹੈ ਉਸ ਦੇ ਵਿੱਚ ਕੁਝ ਲੋਕਾਂ ਵੱਲੋਂ ਜਿਹੜੀ ਮਾਰਕੁੱਟ ਜਿਹੜੀ ਕੀਤੀ ਗਈ ਹੈਗੀ ਹੈ ਔਰ ਗਲੀ ਦੇ ਵਿੱਚ ਜਿਹੜੀਆਂ ਟਾਈਲਾਂ ਲੱਗੀਆਂ ਹੁੰਦੀਆਂ ਉਹ ਟਾਈਲਾਂ ਫੜ ਕੇ ਜਿਹੜੀਆਂ ਮਾਰੀਆਂ ਜਾ ਰਹੀਆਂ ਇਹਨਾਂ ਦੇ ਸਿਰ ਵਿੱਚ ਇੰਨੀ ਜਿਹੜੀ ਰੰਜਿਸ਼ ਕਿਉਂ ਹੈਗੀ ਹੈ ਸਰ ਇਹਨਾਂ ਨੇ ਤੀਸਰੀ ਮੰਜ਼ਿਲ ਤੋਂ ਜਿਹੜਾ ਮਲਬਾ ਸੁੱਟ ਰਹੇ ਸੀਗੇ ਇਹ ਕੌਣ 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 ਸੀਗੇ ਕਿਹਨਾਂ ਵੱਲੋਂ ਦੇ ਪੜੋਸੀ ਨੇ ਇਹ ਇਹਨਾਂ ਦਾ ਮਤਲਬ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦਾ ਅਸੀਂ ਇਹਨਾਂ ਨੂੰ ਅਸੀਂ ਬਹਿਸਬਾਜ਼ੀ ਨਹੀਂ ਕਰਨਾ ਚਾਹੁੰਦੇ ਕਿ ਸਾਡੇ ਨਾਲ ਅਸੀਂ ਬੋਲਣਾ ਵੀ ਨਹੀਂ ਚਾਹੁੰਦੇ ਨਾਲ ਅਤੇ ਇਹਨਾਂ ਨੇ ਮਲਬਾ ਸੁੱਟਿਆ ਸੀ ਮਲਬਾ ਸੁੱਟਣ ਤੋਂ ਮਨਾ ਕਰਨ ਕਰਕੇ ਇਹ ਸਾਡੇ ਨਾਲ ਬਹਿਸਬਾਜ਼ੀ ਕਰਨ ਲੱਗ ਗਏ ਅਤੇ ਮੇਰੇ ਕੁੜੀ ਅਤੇ ਕਰੈਕਟਰ 'ਤੇ ਵੀ ਬੋਲਣ ਲੱਗ ਗਏ ਆ ਇਸ ਕਰਕੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਇੱਕ ਮਾਂ ਹੈਗੀ ਜੇ ਸਿੰਗਲ ਮਦਰ ਹੈ ਅਤੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸਰ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਆਮ ਆਦਮੀ ਸਰਕਾਰ ਨੂੰ ਪੁੱਛ ਰਹੀ ਹਾਂ ਤੁਹਾਡੀ ਸਰਕਾਰ ਵਿੱਚ ਮੇਰੀ ਬੇਟੀ ਦਾ ਕੀ ਹਾਲ ਹੋ ਰਿਹਾ ਉਹਨੂੰ ਇਨਸਾਫ ਕਿਉਂ ਨਹੀਂ ਮਿਲਿਆ ਚਾਰ ਦਿਨ ਹੋ ਗਏ ਮੇਰੀ ਬੇਟੀ ਨੂੰ ਕਿਸ ਦਿਨ ਦੀ ਘਟਨਾ ਜੀ 31 ਦਸੰਬਰ ਦੀ ਘਟਨਾ ਹੈਗੀ ਹੈ ਉਸ ਦਿਨ ਤਾਂ ਮੈਂ ਖੁਦ ਗਈ ਹਾਂ ਕਿ ਜਿਸ ਦਿਨ ਮੇਰੀ ਕੁੜੀ ਬੇਹੋਸ਼ ਪਈ ਹੈ ਪੁਲਿਸ ਕੋਲ ਗਈ ਹਾਂ ਆ ਕੇ ਤੁਸੀਂ ਕਹਿੰਦੇ ਨਾ ਆ ਕੇ ਤੁਹਾਡੀ ਤੁਸੀਂ ਬੁਲਾਇਆ ਨਹੀਂ ਸਾਨੂੰ ਮੈਂ ਥਾਣੇ ਗਈ ਹਾਂ ਮੈਨੂੰ ਉੱਥੇ ਕਿਸੇ ਨੇ ਨਹੀਂ ਕਿਹੜੇ ਥਾਣੇ ਅੰਦਰ ਜਿਹੜਾ ਥਾਣੇ ਤੇ ਮੈਂ ਗਈ ਹਾਂ ਸਾਰੇ ਤੁਸੀਂ ਦੁਗਰੀ ਰਹਿੰਦੇ ਹੋ ਹਾਂਜੀ ਮੈਂ ਇੱਕ ਬੰਦੇ ਨੂੰ ਉੱਥੇ ਜਾ ਕੇ ਕਿਹਾ ਵੀ ਤੁਸੀਂ ਮੇਰੀ ਬੇਟੀ ਬੇਹੋਸ਼ ਪਈ ਉਹਨਾਂ ਨੇ ਪੱਥਰਾਂ ਨਾਲ ਮਾਰਤਾ ਬੇਹੋਸ਼ ਪਈ ਆ ਕੇ ਦੇਖ ਲਓ ਮੁੱਖੀ ਨਾਲ ਗੱਲ ਹੋਈ ਸੀ ਤੁਹਾਡੀ ਹਾਂਜੀ ਅਤੇ ਉਹ ਕਹਿੰਦੇ ਨਹੀਂ ਜੀ ਪਹਿਲਾਂ ਜਾ ਕੇ ਇਲਾਜ ਕਰਾਓ ਫਿਰ ਅਸੀਂ ਆਵਾਂਗੇ ਮੈਂ ਕਿਹਾ ਜਦੋਂ ਸਾਡੇ ਨਾਲ ਕੁਛ ਹੁੰਦਾ ਸਸੀ ਜੇ ਕੁਛ ਕਹਿੰਦੇ ਹਾਂ ਉਹਨਾਂ ਨੂੰ ਤਾਂ ਤੁਹਾਡੇ ਨਾਲ ਜੋ ਪੜੋਸੀ ਨੇ ਉਹ ਉਹਨਾਂ ਦੇ ਕਹਿਣ 'ਤੇ ਪੁਲਿਸ ਆ ਜਾਂਦੀ ਹੈ ਉਹਨਾਂ ਦੇ ਕਹਿੰਦੇ ਪੁਲਿਸ ਆ ਜਾਂਦੀ ਹੈ ਕਿ ਤੁਸੀਂ ਕਿਉਂ ਤੰਗ ਕਰ ਰਹੇ ਇਹਨਾਂ ਨੂੰ ਪਹਿਲਾਂ ਵੀ ਤੁਹਾਡੀ ਜਿਹੜੀ ਰੰਜਿਸ਼ ਚੱਲਦੀ ਸੀ ਕੇਸ ਇਹਨਾਂ ਦਾ ਗੁਆਂਢੀਆਂ ਦੇ ਨਾਲ ਆਪਣੇ ਜੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਕਹਿ ਰਹੇ ਅਸੀਂ ਤੀਸਰੀ ਮੰਜ਼ਿਲ ਦਾ ਮਲਬਾ ਸੁੱਟਣ ਦਾ ਮਤਲਬ ਜੇ ਉਹਨੂੰ ਸੀ ਇਹੀ ਕਿਹਾ ਕਿ ਤਰੀਕੇ ਨਾਲ ਨੀਚੇ ਆ ਕੇ ਸੁੱਟੋ ਵੀ ਐਕਟਿਵਾ ਸਾਡੀ ਖੜੀ ਇੱਟਾਂ ਗਿਰਨੀਆਂ ਉਹਦੇ ਉੱਤੇ ਤੁਸੀਂ ਤਰੀਕੇ ਨਾਲ ਸੁੱਟੋ ਨਹੀਂ ਸਰ ਉਹਨਾਂ ਨੇ ਸੁਣਿਆ ਨਹੀਂ ਹੈ ਸਾਨੂੰ ਗੱਲ ਅਤੇ ਉਹਨਾਂ ਨੇ ਸਾਡੇ ਨਾਲ ਬਹਿਸ ਬਾਜੀ ਕੁੜੀ ਦੇ ਕਰੈਕਟਰ 'ਤੇ ਬੋਲਾਂਗੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਏ ਜੀ ਇਸ ਲਈ ਸਾਨੂੰ ਉਹਨਾਂ ਨੇ ਕੀ ਕੀਤਾ ਕੁੜੀ ਨੂੰ ਇਕੱਲੇ ਨੂੰ ਖਿੱਚ ਕੇ ਤਿੰਨ ਤਿੰਨ ਚਾਰ ਚਾਰ ਜਣਿਆਂ ਨੇ ਖਿੱਚ ਖਿੱਚ ਕੇ ਲੈ ਜੀ ਆਮ ਆਦਮੀ ਅਗਰ ਸਰਕਾਰ ਆ ਮੈਨੂੰ ਇਨਸਾਫ ਦਿਓ ਮੈਨੂੰ ਬਸ ਮੈਂ ਇਨਸਾਫ ਲੈਣਾ ਚਾਹੁੰਦੀ ਹਾਂ ਇਸ ਆਮ ਆਦਮੀ ਸਰਕਾਰ ਦੇ ਹੁੰਦੇ ਹੋਏ ਵੀ ਇਨਸਾਫ ਕਿਉਂ ਨਹੀਂ ਮਿਲਿਆ ਮੈਨੂੰ ਚਾਹ ਦੇਣੋਗੇ ਕੁੜੀ ਨੂੰ ਮੈਨੂੰ ਕੋਈ ਪੁੱਛਣ ਨਹੀਂ ਆਇਆ ਮੇਰੀ ਕੁੜੀ ਨੂੰ
तुसी हौसला रखो, तां तुसी देख सकते हो कि बहुत ज़्यादा जिहड़ा भावुक हो रहे ने। की नाम तुहाडा? मेरा नाम सुमित है जी। सुमित जी, उस वीडियो दे विच जिहड़े हैगे तुहाडे परिवार दे कौन कौन लोग हैगे? मैं, मेरी सिस्टर सीगी, मेरी भैन सोनाली, मेरे फादर, मेरी मदर, असी चार जने सीगे। उन्हां दी ट्राली सीगी मतलब सट्टण वाली, उह तीजी मतलब सट रहे सीगे इट्टां बट्टे, साडे घर दे डिग रहे सीगे, साडी कैरी ते वी डिगे आ, साडे स्कूटर नूं वी नुकसान होया, कन्वेंस नूं नुकसान होया। ਅਸੀਂ ਇਸ ਚੀਜ਼ ਲਈ ਰਿਕੁਐਸਟ ਕੀਤੀ ਸੀ, ਨਾ ਕਿ ਅਸੀਂ ਉਹਨਾਂ ਨਾਲ ਕੋਈ ਲੜਾਈ ਝਗੜਾ ਕੀਤਾ ਸੀਗਾ। ਅਤੇ ਜਿਹੜੀਆਂ ਸੱਟਾਂ ਮਾਰੀਆਂ ਗਈਆਂ ਤੁਹਾਡੇ ਪਰਿਵਾਰ ਦੇ ਕਿਹੜੇ ਕਿਹੜੇ ਲੋਕਾਂ ਦੇ ਉੱਪਰ? ਜਿਹੜਾ ਇਹਦਾ ਮੌਜੂਦਾ ਜਿਹੜਾ ਹੈਗਾ ਰਾਜੂ ਹੈ ਜੀ, ਜਿਹੜਾ ਸਾਡਾ ਪੜੋਸੀ ਹੈ, ਜਿਹੜਾ ਮੌਜੂਦਾ ਇਸ ਟਾਈਮ ਪੇਸ਼ੇਵਰ ਇੱਕ ਮੁਜਰਮ ਵੀ ਹੈ, ਚੋਰ ਵੀ ਹੈ, ਕ੍ਰਿਮੀਨਲ ਵੀ ਹੈ। ਉਹ ਕਿੱਦਾਂ ਤੁਸੀਂ ਕਹਿ ਰਹੇ ਹੈਗੇ ਹੋ ਕਿ ਮੁਜਰਮ ਹੈਗਾ? ਸਰ, ਸਾਡੇ ਘਰ ਜਦੋਂ ਵੀ ਇਹ ਪੁਲਿਸ ਆਉਂਦੀ ਹੈ, ਸਾਨੂੰ ਪੁੱਛ ਗਿੱਛ ਕਰਦੀ ਹੈ ਵੀ ਇਹ ਬੰਦਾ ਭੱਜ ਗਿਆ ਘਰੋਂ ਦੀ, ਕਿੱਥੇ ਗਿਆ। ਅਸੀਂ ਜਦੋਂ ਪੁੱਛਦੇ ਹਾਂ ਪੁਲਿਸ ਨੂੰ ਕੀ ਹੋਇਆ ਜੀ, ਇਹ ਚੋਰੀ ਕਰਕੇ ਆਇਆ, ਬੈਟਰੀਆਂ ਚੋਰੀਆਂ ਕਰਦਾ, ਇਸ ਤਰ੍ਹਾਂ ਦੇ ਸਰ ਇਹਦੇ ਕੇਸ ਚੱਲਦੇ ਨੇ। ਅੱਜ ਸਾਨੂੰ ਗਵਾਹ ਬਣਾਉਣ ਲਈ ਕਹਿੰਦਾ ਵੀ ਸਾਡੇ ਗਵਾਹ ਬਣੋ, ਸਾਨੂੰ ਜ਼ਮਾਨਤਾਂ ਕਰਾਓ। ਸਾਡੇ 'ਤੇ ਪ੍ਰੈਸ਼ਰਾਈਜ਼ ਕੀਤਾ ਜਾਂਦਾ। ਅਸੀਂ ਇੱਕ ਕੰਮਕਾਜੀ ਪਰਿਵਾਰ ਹਾਂ, ਸਾਡਾ ਹੋਰ ਕੋਈ ਹੈ ਨਹੀਂ ਬਿਜ਼ਨਸ ਕਿ ਅਸੀਂ ਕਿਸੇ ਕਰੀਏ, ਅਸੀਂ ਆਪਣਾ ਕੰਮ ਕਰਦੇ ਹਾਂ, ਕੰਮ ਤੋਂ ਘਰ ਜਾਂਦੇ ਹਾਂ, ਸਾਡਾ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ। ਸੋਨਾਲੀ ਕੀ ਕੰਮ ਕਰਦੇ ਹੈਗੇ? ਸੋਨਾਲੀ ਪ੍ਰੋਫੈਸ਼ਨਲ ਤੌਰ 'ਤੇ ਇੱਕ ਮੇਕਅਪ ਆਰਟਿਸਟ ਹੈ, ਮੇਕਅਪ ਦਾ ਕੰਮ ਕਰਦੀ ਹੈ, ਬ੍ਰਾਈਡਲ ਤਿਆਰ ਕਰਦੀ ਹੈ, ਆਪਣਾ ਕੰਮ ਕਰਦੀ ਹੈ, ਬੱਚੇ ਨੂੰ ਆਪਣਾ ਪੜ੍ਹਾ ਰਹੀ ਹੈ, ਫਿਊਚਰ ਬਣਾ ਰਹੀ ਹੈ। ਕਿੰਨੇ ਸਾਲ ਦਾ ਜਿਹੜਾ ਬੱਚਾ ਹੈਗਾ, ਜਿਹੜਾ ਸਿੰਗਲ ਮਦਰ ਹੈਗੇ ਨੇ ਜਿਸਦੇ? ਇਹਨੇ 7 ਸਾਲ ਦਾ ਬੱਚਾ ਜੀ। 7 ਸਾਲ ਦਾ ਲੜਕਾ ਜੀ? ਹਾਂਜੀ। ਠੀਕ ਹੈ ਜੀ, ਅਤੇ ਹੁਣ ਤੁਹਾਨੂੰ ਜਿਹੜਾ ਇਨਸਾਫ ਕਿਉਂ ਨਹੀਂ ਮਿਲ ਰਿਹਾ, ਉਹਦਾ ਕੀ ਕਾਰਨ ਮੰਨ ਰਹੇ ਹੈਗੇ? ਜਦੋਂ ਸਾਡੇ ਨਾਲ ਮਾਰ ਕੁੱਟ ਕੀਤੀ ਗਈ, ਨਾ ਕਿ ਸਾਡੇ ਕੋਲ, ਸਾਡੇ ਹੱਥ 'ਚ ਦੇਖੋ ਵੀਡੀਓ 'ਚ ਨਾ ਕੋਈ ਹਥਿਆਰ ਸੀਗਾ, ਅਸੀਂ ਵੀ ਸਿਰਫ ਇੱਕ ਵਰਬਲੀ ਗੱਲ ਕਰ ਰਹੇ ਸੀਗੇ, ਇੱਕ ਤਿਆਰ ਇੱਕ ਪੜੋਸੀ ਦੇ ਤੌਰ 'ਤੇ, ਵੀ ਕਿਉਂਕਿ ਪੜੋਸੀ ਪੜੋਸੀ ਦੇ ਕੰਮ ਕਰਦਾ। ਅਸੀਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਵੀ ਸਾਡੇ ਲੜਾਈ ਝਗੜੇ ਵਾਲਾ ਫੈਮਿਲੀ ਨਹੀਂ ਹੈ, ਅਸੀਂ ਉਹਨੂੰ ਹੱਥ ਜੋੜ ਕੇ ਰਿਕੁਐਸਟ ਵੀ ਕੀਤੀ, ਬੇਨਤੀਆਂ ਵੀ ਕੀਤੀਆਂ, ਪਰ ਉਹ ਬੰਦਿਆਂ ਨੇ ਸਾਡੇ ਨਾਲ ਧੋਖੇ ਨਾਲ ਵਾਰ ਕੀਤਾ। ਅੰਦਰੋਂ 2-3 ਬੰਦੇ ਆਏ, ਰਾਡਾ ਲੈ ਕੇ ਪੱਥਰਾਂ ਨਾਲ ਸਾਡੇ ਵਾਰ ਕੀਤੇ ਗਏ, ਅਸੀਂ ਨੀਚੇ ਡਿੱਗੇ ਹੋਏ, ਸਾਨੂੰ ਇੱਦਾਂ ਮਾਰਿਆ ਗਿਆ, ਸਾਡੇ ਮੇਰੇ ਅਟੈਂਪਟ ਟੂ ਮਰਡਰ ਕੀਤਾ ਗਿਆ, ਮੇਰੀ ਸਿਸਟਰ ਦਾ, ਸਾਡੇ 'ਤੇ ਜਾਨਲੇਵਾ ਹਮਲਾ ਹੋਇਆ। ਠੀਕ ਹੈ ਜੀ, ਤਾਂ ਤੁਸੀਂ ਪਿਤਾ ਜੀ ਹੋ ਸੋਨਾਲੀ ਜੀ ਦੇ? ਸੋਨਾਲੀ ਜੀ ਤੁਹਾਡੇ ਪਰਿਵਾਰ ਦੇ ਨਾਲ ਹੀ ਰਹਿ ਰਹੇ? ਹਾਂਜੀ, ਮੇਰੇ ਘਰ ਹੀ ਰਹਿ ਰਹੀ ਹੈ ਅਤੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਖੁਦ ਕਰ ਰਹੀ ਹੈ। ਤੁਸੀਂ ਜਿਹੜੀ ਇੱਕ ਸਰਕਾਰੀ ਇੰਪਲੋਈ ਹੈਗੇ ਹੋ ਤੁਸੀਂ? ਕਾਰਪੋਰੇਸ਼ਨ ਦੇ ਵਿੱਚ ਹੈਗਾ। ਕੀ ਮੰਗ ਕੀ ਕਰ ਰਹੇ ਤੁਹਾਡਾ ਪਰਿਵਾਰ? ਅਸੀਂ ਮੰਗ ਇਹ ਕਰਦੇ, ਸਾਡੀ ਜਿਹੜੀ ਬੇਟੀ ਦਾ ਨੁਕਸਾਨ ਹੋਇਆ, ਜਿਹੜਾ ਇਹਨਾਂ ਨੇ ਮਾਰਿਆ, ਇਹਨਾਂ 'ਤੇ ਬਣਦੀ ਕਾਰਵਾਈ ਹੋਵੇ, ਜਿਹੜੀ ਇਹ ਕਦੀ ਕਿਸੇ ਨੂੰ ਇੱਦਾਂ ਬੇਟੀ ਕਿਸੇ ਦੀ ਸਾਰੀ ਦਿੱਤੀਆਂ ਸਾਂਝੀਆਂ ਨੇ, ਇਹ ਸਾਡੀ ਧੀ ਇਸ ਟਾਈਮ ਇੰਨੇ ਇਹਨਾਂ ਉਹਦੇ ਉੱਤੇ ਜ਼ੁਲਮ ਹੋਇਆ, ਕਹਿੰਦੀ ਹੱਦ ਨਹੀਂ, ਇੰਨੀਆਂ ਰਾਡਾਂ ਮਾਰੀਆਂ ਸਿਰ 'ਤੇ ਜੀ, ਇਹ ਤਾਂ ਇਹਨਾਂ ਨੇ ਜਾਨਲੇਵਾ ਹਮਲਾ ਕੀਤਾ ਜੇ, ਮੇਰੀ ਘਰ ਵਾਲੀ 'ਤੇ ਕੀਤਾ, ਮੇਰੇ ਬੇਟੇ 'ਤੇ ਕੀਤਾ, ਮੇਰੇ 'ਤੇ ਕੀਤਾ, ਬੱਚਾ ਅੰਦਰ ਸੀ ਨਹੀਂ ਤਾਂ ਉਹਨੂੰ ਮਾਰਨਾ ਜੀ। ਤਾਂ ਤੁਸੀਂ ਮੁਲਾਜ਼ਮ ਨਹੀਂ ਜਿਹੜਾ ਕਰਵਾਇਆ ਜਦੋਂ ਸੱਟਾਂ ਲੱਗੀਆਂ? ਸਰਕਾਰੀ ਹੋਸਪਿਟਲ, ਸਿਵਲ ਹੋਸਪਿਟਲ? ਸਿਵਲ ਹੋਸਪਿਟਲ ਗਏ ਸੀਗੇ, ਸਿਵਲ ਹੋਸਪਿਟਲ ਤੋਂ ਸਾਰਾ ਪਰਚੇ ਵਾਲਾ ਕੰਮ ਸਿਸਟਮ, ਕਹਿੰਦੇ ਵੀ ਅਸੀਂ ਟਾਂਕੇ ਲੱਗਣੇ ਆ, ਸਾਰਾ ਸਿਸਟਮ ਦੇਖਿਆ ਡਾਕਟਰ ਨੇ ਵੀ ਕੁੜੀ ਦੀ ਕੰਡੀਸ਼ਨ ਕ੍ਰਿਟੀਕਲ ਹੈ, ਪਰ ਉੱਥੇ ਮੌਜੂਦਾ ਸਾਨੂੰ ਐਡਮਿਟ ਨਹੀਂ ਕੀਤਾ ਗਿਆ, ਸਾਨੂੰ ਡਾਕਟਰ ਨੇ ਸਾਫ ਮਨਾ ਕਰਤਾ ਵੀ ਸਾਡੇ ਕੋਲ ਸੁਵਿਧਾ ਨਹੀਂ ਹੈ, ਤੁਸੀਂ ਪ੍ਰਾਈਵੇਟ ਇਲਾਜ ਕਰਾਓ, ਅਸੀਂ ਜੋ ਤੁਹਾਡੇ ਪਰਚਾ ਬਣਦਾ ਜਾਂ ਜੋ ਸੱਟਾਂ ਲੱਗੀਆਂ ਨੇ ਅਸੀਂ ਉਸ ਚੀਜ਼ ਦੇ ਉੱਤੇ ਬਿਆਨ ਲਿਖਾਂਗੇ। ਅੱਛਾ, ਉਹ ਰਿਪੋਰਟ ਕਹਿੰਦੇ ਅਸੀਂ ਦੇ ਦੇਵਾਂਗੇ ਪਰ ਅਸੀਂ ਐਡਮਿਟ ਨਹੀਂ ਜਿਹੜਾ ਕਰ ਸਕਦੇ? ਐਡਮਿਟ ਨਹੀਂ ਕਰਾਂਗੇ, ਅਸੀਂ ਐਡਮਿਟ ਕਰਨ ਲਈ ਪ੍ਰਾਈਵੇਟ ਹੋਸਪਿਟਲ ਆਏ ਹਾਂ, ਉੱਥੇ ਐਮਰਜੈਂਸੀ ਵਾਰਡ ਰਿਹਾ ਸਾਡੀ ਕੁੜੀ, ਉਹਦੇ ਇੰਡੀ ਕੇ ਸੱਟਾਂ ਲੱਗੀਆਂ, ਜਿਹੜੇ ਪੇਸ਼ੈਂਟ ਇਲਾਜ ਕਰ ਰਹੇ ਸੀ ਉਹ ਵੀ ਰੋ ਰਹੇ ਸੀ, ਡਾਕਟਰ ਵੀ ਰੋ ਰਹੇ ਸੀ ਜੀ, ਡਾਕਟਰ ਵੀ ਵਿਚਾਰੇ ਕਹਿੰਦੇ ਇੱਦਾਂ ਨਹੀਂ ਮਾਰਦੇ, ਇੱਦਾਂ ਜਾਨਵਰ ਤਰ੍ਹਾਂ ਮਾਰਿਆ ਮੇਰੇ ਬੱਚੇ ਮੇਰੀ ਕੁੜੀ ਨੂੰ, ਦੱਸੋ ਕਿਸੇ ਧੀ। ਹਾਂਜੀ, ਸਟਾਫ ਦੇ ਦੇਖਿਆ ਮੈਂ ਕਿਹਾ ਵਿਚਾਰੇ ਉਹ ਰੋਂਦੇ ਪਏ, ਦੋ ਨਰਸਾਂ ਸੀ ਵਿਚਾਰੀਆਂ, ਕਹਿੰਦੇ ਇੱਦਾਂ ਮਾਰਦੇ ਆ, ਉਹਦੀ ਪਿੱਠ ਦੇਖੀ ਆ, ਰਾਡਾ ਦੇ ਨਿਸ਼ਾਨ ਦੇਖੋ ਕਿੰਨੇ ਵੱਡੇ ਬਣੇ, ਉਹਦਾ ਬੈਠ ਨਹੀਂ ਹੁੰਦਾ ਉਹਦੇ ਕੋਲ। ਉਸ ਤੋਂ ਬਾਅਦ ਅੱਜ ਤੱਕ 3-4 ਦਿਨ ਹੋ ਗਏ, ਪੁਲਿਸ ਦੇ ਵੱਲੋਂ ਅਸੀਂ ਰੋਜ਼ ਜਾ ਰਹੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਤੁਸੀਂ ਇੱਕ ਮਹਿਲਾ ਹੈਗੇ ਹੋ, ਇੱਦਾਂ ਦੇ ਹਾਲਾਤਾਂ ਦੇ ਵਿੱਚ ਮਹਿਲਾ ਸੁਰੱਖਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਪਣੇ ਏਰੀਏ ਦੇ ਵਿੱਚ? ਸਰ, ਆਪਣੇ ਏਰੀਏ 'ਤੇ ਕੋਈ ਸੁਰੱਖਿਅਤ ਨਹੀਂ ਹੈ, ਸ਼ਰੀਫ ਇਨਸਾਨ ਜੋ ਮਹਿਲਾ ਹੈ, ਮੈਂ ਕਹਿੰਦੀ ਹਾਂ ਘਰ 'ਤੇ ਸਾਨੂੰ ਬਾਹਰ ਜਾਣ ਵਾਲੇ ਵੀ ਇੰਨਾ ਡਰ ਲੱਗਦਾ ਨਾ ਕਿ ਪਤਾ ਨਹੀਂ ਸਾਨੂੰ ਕਦੋਂ ਕਿ ਕਦੋਂ ਮਾਰ ਦੇਣ, ਕਦੋਂ ਹਮਲਾ ਕਰ ਦੇਣ, ਇਸ ਲਈ ਸਾਨੂੰ ਬਹੁਤ ਜ਼ਿਆਦਾ ਡਰ ਹੈ। ਹੁਣ ਅਸੀਂ ਉੱਥੇ ਰਹਾਂਗੇ ਵੀ ਤਾਂ ਸਾਨੂੰ ਡਰ ਡਰ ਕੇ ਰਹਿ ਰਹੇ ਸੀ, ਹੁਣ ਸਾਡਾ ਤਾਂ ਇਹ ਹੈ ਕਿ ਅਸੀਂ ਉੱਥੋਂ ਨਿਕਲ ਜਾਣਾ, ਸਾਨੂੰ ਇੰਨਾ ਡਰ ਪੈ ਗਿਆ ਨਾ ਕਿ ਹੁਣ ਅਸੀਂ ਮਕਾਨ 'ਤੇ ਰਹਿਣਾ ਨਹੀਂ ਚਾਹੁੰਦੇ ਉੱਤੇ। ਪ੍ਰਸ਼ਾਸਨ ਦੇ ਉੱਪਰ, ਸਰਕਾਰ ਦੇ ਉੱਪਰ ਯਕੀਨ ਜਿਹੜਾ ਨਹੀਂ ਹੈ? ਯਕੀਨ ਨਹੀਂ ਹੈਗਾ, ਮੈਨੂੰ ਬਿਲਕੁਲ ਯਕੀਨ ਨਹੀਂ ਹੈ। ਅਗਰ ਯਕੀਨ ਹੁੰਦਾ ਨਾ, ਅਗਰ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਤੁਸੀਂ ਹਾਂ ਨਾਲ ਹੋ, ਕ੍ਰਿਮੀਨਲ ਨਹੀਂ ਹੈ, ਉਹਨਾਂ ਦੇ ਸਾਡੇ ਇਨਸਾਫ ਦੇ ਨਾਲ ਹੋ, ਅਤੇ ਇਨਸਾਫ ਹੁਣ ਤੱਕ ਚਾਹੁੰਦੇ, ਪੁਲਿਸ ਹੀ ਨਹੀਂ ਆਈ ਸਾਡੇ ਕੋਲ। ਸਾਰਾ ਪਰਿਵਾਰ ਇਸ ਵਾਰਦਾਤ ਤੋਂ ਬਾਅਦ ਭੱਜ ਗਿਆ? ਭੱਜ ਗਿਆ। ਕੰਮ ਚੱਲ ਰਿਹਾ ਸੀ, ਇਮਾਰਤ ਬਣਦਾ ਬੰਦ ਹੋ ਗਿਆ, ਸਾਰਾ ਬੰਦ ਹੋ ਗਿਆ, ਸਾਰੇ ਭੱਜ ਗਏ, ਉੱਥੋਂ ਦੀ ਕੁੜੀ ਸਾਰੀ ਬੇਹੋਸ਼
मरी हुई पई, असी मरी हुई चक के लै के आए होस्पिटल। एक मिनट जी मैं करदा, तो कित्थे हुण तुहाडी रहायश कित्थे हैगी है? असी दुगरी रहने हैं जी, भाई हिम्मत सिंह नगर साडी रहायश है दुगरी, असी रहण वाले हैं, सानू इत्थे 14-15 साल हो गए रहिंदे नूं। हाँ जी, तुसीं कुछ कहना चाहते? सानू ना इन्ना डराते धमकाते हैं कि भी असी मतलब कि जिहड़ा मकान है इन्हां दे ग्रुप च कोई बंदे आते हैं कहिंदे तुसीं मकान जिहड़ा ना सानू इन्ने दा दे दो, तो कोई 15 लाख का मुल पाता, कोई 20 लाख का, चाहे उत्थे जो भी रेट हैगा, तो सानू कहिंदे इन्ना तुसीं दे दो। असी कहने भी साडा तुसीं इस तरह सानू करते पे हो भी असी डर के इधरों भाजीए जा उधर चल जाइए, असी जाइए कित्थे दसो? असी शरीफ आदमी है, असी रहन आए हैं इत्थे, असी अपना काम कार करते सारा, साढ़े को कुछ नहीं हैगा, सिर्फ नौकरी है, बेटे को अपना काम हैगा, तो घर बेटी मेरी है वो करती है अपना मेकअप आर्टिस्ट का काम करती है, वो अपने बच्चे का पेट पालती है, तो ये दसो साडा तुसी रिकॉर्ड देख लो, साडा कोई क्रिमिनल रिकॉर्ड नहीं, किसी तो 1 रुपये की रिश्वत ली है तो मैं वो जिम्मेवार हाँ, मैं आप सरकारी। ठीक है जी आंटी, हुण तुसी जिहड़ी कार्रवाई है वो किहदे उपर करनी जिहड़ी मंगदे हैगे? मैं पूरे परिवार से करवाना चाहनी कार्रवाई, क्योंकि पूरे परिवार ने मेरे परिवार को मारिया, मिलकर एक बंदे ने 3-3 जने ने मारिया, मैंने छोटा बच्चे तक तो मैं कार्रवाई चाहनी हाँ, जिन्हें मेरी बेहोश कुड़ी पई है खून निकल रहा उन्हें तो लत्त मारिया, तुम दसो छोटे बच्चे ने किहड़ी अकल है कि उन्हें लत्त मारा मैं, यानी कि पूरा परिवार क्रिमिनल है, मैं चाहनी कि मैं पूरे परिवार तो उन्होंने कार्रवाई होनी चाहिए है, मैनू तो इंसाफ मिलेगा, मैं तो समझूंगी इस आम आदमी पार्टी तो या किसी तो भी, क्योंकि उसे जिनी सरकार है मैंने उन्होंने तो यही चाहिए कि मेरे पूरे परिवार को सपोर्ट कि मेरे सेफ्टी चाहिए है। दुगरी थाने के जितों तक मैनू पता थाना मुखी भी एक महिला हैगी है, तो उस दे वल्लों भी हाले तक कोई नहीं तुहाडी सेड़ी सुनवाई की गई? नहीं जी, मैं हुणे कल भी जाके आई हूँ शाम को, इनू हॉस्पिटल छोड़ के इस हालत भी मैं शाम को जाके आई हूँ, मैं उत्थे मैं उन्होंने कहा कि मैडम जी मेरा तो तक हूँ तक पुलिस नहीं आई, ना मेरी बेटी ने देखने आई है, ना सानू घर से कुछ पुता करना है, उन्होंने यही कहा जी हुणे तक तुहाडे कोई मैडिकल दे ना छुट्टी सी एतवार, तो हुण तक जी कोई सी मैडिकल लैन नहीं गए उत्थे, उन्हां दा बड़िया नहीं है इस करके जी, देखो असीं तां 3 दिन तो मैडिकल बनवा के बैठे, तुहाडे कहण दा मतलब रिपोर्ट 20 दिन नहीं आती तो पुलिस वालों कोई कार्रवाई नहीं कीती? कार्रवाई नहीं होएगी जी। देख सकते हो वड्डे जिहड़े सवाल पुलिस प्रशासन ने, मैं CP साहब नूं इह अपने वल्लों भी बेनती करना चाहुंदा कि इह काम एक महिला दे नाल होया, कसूर किसदा किसदा नहीं वो एक जांच दा विशा जरूर हो सकता, परंतु महिला दे नाल इस तरह का जिहड़ा वर्ताव दिन दिहाड़े तुसीं देख सकते हो कि जानवरां दे नाल भी इस तरह का जिहड़ा वर्तारा नहीं कोई करता हैगा, और उस तो बाद भी जिहड़े आरोपी वो हाले पुलिस की गिरफ्त तो जिहड़े बाहर चल रहे ने उन्हां दा पक्ष जानने लई भी संपर्क जरूर करांगे उन्हां दे नाल भी, और पुलिस दा पक्ष भी जरूर जाणांगे कि उन्हां वल्लों हाले तक जिहड़ी कार्रवाई ना करन दा कारण की हैगा। सोनाली परिवार की पहलां तुसीं जिहड़ी है सारी वीडियो देखी हैगी है, हुण नाल दा गवांढी परिवार भी अपना पक्ष दसण दे लई जिहड़ा मीडिया दे विच आया हैगा, तां उन्हां नाल भी गल्लबात करदे आ। की नाम है तुहाडा जी? मूर्ती देवी जी। तुसीं उस वीडियो दे विच हैगे हो जो वीडियो वायरल हो रही हैगी है? ठीक है जी। ये सारी जिहड़ी घटना हैगी है क्यों हुई है, किस तरह वापरी है सारी? ऐसा कि हाँ जी, असी ट्राली मंगाए सी मिट्टी मलबा चकने वास्ते, उपरों मलबा चक रहे सी, ठीक है, वो सारा कुछ उन्होंने दस्या हैगा भी उपरों मलबा डिग रही साड़ी एक्टिवा ते आया, उस तो बाद जिहड़ी है साड़ी बहसबाजी हुई। हाँ। उस वीडियो दे विच जो लड़ाई हो रही हैगी है उस दे वो लड़की दे सिर दे उपर जिहड़े इट्टां दे नाल इंटरलॉक टाइलां दे नाल और रोडां दे नाल दो कोई लड़के भी वीडियो दे विच दिखाई दे रहे हैं, उहदी की सच्चाई है वो दसो? मेरी गल सुनो तुसी, पहले उसकी माँ आई, ठीक है, गालां कढ़ने शुरू कर दिता, कुड़ी निकली गालां कढ़ने शुरू जी ज्यों गंदी गंदी गालां कढ़ने शुरू करदा, उसकी माँ आई इट मारने के बाद में मेरे ऐसे गेट से खींच के ले गई, थप्पड़ मारी मेरे को, फिर तुलसीदास निकलिया मेरे को चाकू मारिया, इसकी मगरों मेनू नहीं पता होया तुलसीदास उस लड़के दा सॉरी लड़की दा प्यो है? हाँ जी प्यो हैगा। हाँ जी प्यो हैगा, ठीक है ना, लड़ाई हुई मैं बेहोश होकर गिर गई, मेरे को नहीं पता लग गया कि होया की नहीं होया। दरखास्त दी गई? हाँ जी दी हुई है जी, दिती हुई है, परचा दिता सी। हाँ परचा कादा दिता सी? आज जड़ी तुहाडे 7 बजे है सिविल हॉस्पिटल गए? हाँ जी सिविल हॉस्पिटल गए सी। हमला किदे वलो कीता गया? तुलसीदास ने, उसके फादर ने तुहाडे उपर हमला कीता? हाँ जी उसके फादर ने मारिया। उन्होंने मीडिया दे विच एक वीडियो जड़ी आ दिती हैगी अपनी सफाई दे विच, तुहाडे भी कैमरे लगे हुए? हाँ जी कमरे लगे हुए जी। उस कैमरे दे विच आ रहे कि जिस दे विच ये तुहाडी सट्ट है जड़ी
तुलसीदास जी के उपर तुहाडे इल्जाम ने, उसने तुहाडे मारी होवे जो आ रही उस कैमरे च? हाँ जी हाँ जी आ रही हैगी। हाँ जी ठीक है जी। होर उस परिवार दे विचों कोई सीगा जो जो व्यक्ति उस वीडियो दे विच देख रहे ने, कोई अपनी सफाई दे विच कुछ कहना चाहता उस तो बाद? इंसाफ दो, सानू परेशान बहुत करदे ने, साडे नाल गाली गलोरी करदे ने, सानू रोड़े पट्टे चलांदे ने, सानू कहिंदे तुहाडा बाहर निकलना औखा कर दांगे, तेरे मुंडे नू फसावांगे, मैनू शरेआम कहा तेरे मुंडे ते परचा पवावांगे, मैनू इदा बोलते, मेरे घर वाले नू गंदियां गालां दिंदे ने। तुहाडे नाल भी जिहड़ा लड़ाई झगड़ा होया उस वीडियो दे विच? हाँ जी, उन्होंने मेरे इट्टां मारियां ने, तुसीं उन्हां दी वीडियो कढा लो, साडी वीडियो कढा लो कैमरे च। हाँ तुसीं की कहना चाहुंदे हैगे? असीं ये कहना सानू साडा उन्हां तों खेड़ा छुड़ा दो, सानू परेशान ना करो। जो दो लड़के उस वीडियो दे विच देख रहे ने, जिन्हां दे कोल मैनू नहीं पता लोहे दीआं राडां ने, सरिए ने, की हैगा, और एक जो महिला और एक लड़की जिस दे वालों इंटरलाक टाइल जिहड़ी आ, एक बार नीचे दिखा दिओ, जिहड़ी सेम इस तरह दीआं टाइल्स हैगीआं ने, वो चक के उस जिहड़ी आ लड़की दे सिर दे उपर मारियां जा रही हैगीआं। तुसीं उस टाइम मौजूद सीगे? पता नहीं जी, तुसीं उन्हां दी वीडियो कढा लो, साडी वीडियो कढा लो, तुहानूं अपने आप क्लीयर हो जाणा। उस टाइम उत्थे तुसीं मौजूद सीगे? जो लड़ाई इन्नी कु कचर पचर हो गई सी जी, मैं नहीं किसे नूं देखिआ कि वो कुड़ी वो आप डिग्गी एक्टिवा तों। तुहाडे परिवार दे किन्ने जी जिहड़े जख्मी होए इस दे विच? मेरी दराणी जख्मी हुई, वो सिर पर सट वजी आ, मेरे घर वाले के पैर पर वजी आ, मेरी माता का आ देख लो की हाल आ, मेरी उंगल तुहाडे सामने ही आ, मेरे गोडे ते मारी आ, असी सारे ही जख्मी आ। ठीक है, तो तुसी भी उत्थे मौजूद सी? इधर आ जाओ। की नाम तुहाडा? मेरा दीक्षा। दीक्षा जी तुसी दसो सारा, तुसी मौके ते शुरू तो लैके अखीर तक सीगे? लड़ाई उन्होंने मेरे पहला बट्टा मारिया उन्होंने, तो उस तो बाद फिर मेरी माता खिंची उन्होंने बार, तो साढ़े को ऑडियो भी पई है, तो वीडियो भी पई है, साढ़े को दोनों चीज़ा पईया, तुम सिर्फ उन्होंने वीडियो देखी, साड़ी भी देखो, साढ़े को भी पिया सारा कुछ। अभी बिल्कुल सारी दिखावे। हाँ जी, साढ़े को भी पिया कि असं हूँ तक जो गाल कटते, असं तो परेशान है ही हाँ, सारा महला भी परेशान है उन्होंने, वो महल में भी गाला कटते हैं, महल के लोग भी तुहाडे नाल? हाँ जी, महल का सारा महला साढ़े नाल, जे महल का एक भी बंदा उन्होंने नाल होगा ना, असं आपे पिछे हट जाएंगे, सारा महला साढ़े नाल, बाकी आपके बच्चा जो किया असी आपके बचा लिए किया, असी बेमतलब असी उन्होंने कुछ नहीं कहा। की नाम तुहाडा? मेरा नाम जसपाल कौर है। तुसी भी उत्थे रहने हो? बिल्कुल नाल दी साडी, और रहना ही दीवार नाल नाल है। अच्छा, दीवार जिहड़ी नाल नाल हैगी है। तुसी माता जी ये घटना देखी है जदों होई है? सारा कुछ ही देखिया, असी तो रोज देखते हैं, रोज असी तां नहीं विच पैंदे कि चल की उहदे मूँह लगना गंदा हैगा, उहनूं कुछ नहीं पता, किसी की लत्थी झड़ी नहीं आ, कुड़ी भी उस जी नूह भी जनानी भी चलो आप घसीटते करिए दसो मेनू गेट से खड़ा होकर धमकी दे के आया मेनू कहिंदा जिहड़ा पिछे जाएगा देखांगा आके देखे मेनू मैं हुण किन्नी आ दिखाओ दी मेरी वीडियो नु जिन्नू कोई केस एज प्रेजेंट कोई केस चल रहा है तुहाडे लड़के कोई किसी ते नहीं ओ ते काम करदा बर्दाश्त नहीं हुंदा जदों काम करदा किथे बर्दाश्त हुण उहने काम करदा चंगा वड्डा काम फड़िया हुण उहनां नू बर्दाश्त नहीं हो रहा नाम दस दिओ मैं शमशेर सिंह सरपंच गुरु नानक नगर साहब की कहना चाहुंदे हिम्मत से नगर तो मेरी भरजाई चोण लड़दी रही है तां उस महल्ले नाल मेरा ज़्यादा संबंध रहा ते इहनां दा तकरीबन आह जिहड़ा कुत्ती चीका बस 10 साल तो चलिया आउंदा है हर इन्होंने 15 दिन बाद कहा पंगा छेड़ना ही छेड़ना तो बाकी इन्हें जाति सूचक वो ला के मैं वो हाँ मैं एससी हाँ मैं जे हाँ वो हाँ इस करके इन्हों बहुत तंग परेशान करता ड्यूटी दे शख्स किसी टाइम जाते ही नहीं घर ही पिया हूँ पर सरपंच साहब तुसी की कहना चाहते हो फिर जिहड़ा उहदे उपर हमला होया चलो आप नहीं कहिंदे इन्हां दी गलती जां उहनां दी आ भाजी पहला बहुत भद्दी शब्दावली बोलता तो फिर देखो कोई मूहरे फिर बंदा कोई होर हार थोड़ा पाऊगा कोई ना कोई व्यू तो देगा ही तो वो उस टाइम वो रिकॉर्डिंग कर लेंदा जो आप बोलता उस टाइम रिकॉर्डिंग होंगी नहीं तो वो फिर मुड़ के सच्चा हो जाता पूरा एक नंबरदार एलसीटी आदमी है एलसीटी पूरा हाँ
ਤੁਸੀਂ ਕੱਲ ਨੂੰ ਦਿਨੇ ਸਾਰੇ ਗਲੀ ਦੇ ਵਿੱਚ ਵਿਊ ਲੈ ਕੇ ਦੇਖਿਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ, ਸਾਨੂੰ ਕਹਿਣ ਦੀ ਲੋੜ ਹੀ ਨਹੀਂ। ਸਵੇਰੇ ਕੀ ਤੁਸੀਂ ਸਾਰੇ ਹੱਥ ਖੜੇ ਕਰਕੇ ਦੱਸ ਦਿਓ ਜਿਹੜੇ ਜਿਹੜੇ ਵੀ ਇਹਨਾਂ ਦੇ ਮਹੱਲੇ ਦੇ ਗਲੀ ਦੇ ਹੈਗੇ ਹੋ ਜੀ? ਤੁਸੀਂ ਮਹੱਲੇ 'ਚ ਸਾਰੇ ਮਹੱਲੇ ਦੇ ਨੇ? ਬੱਚੇ ਖੇਡਦੇ ਹੁੰਦੇ ਨਾ ਸਰ, ਬੱਚੇ ਖੇਡਦੇ ਤਾਂ ਗਾਲਾਂ ਗੰਦੀਆਂ ਗੰਦੀਆਂ ਕੱਢਦਾ ਮਾਰਦਾ ਹੁੰਦਾ ਬੱਚੇ। ਨਾਮ ਪਹਿਲਾਂ ਦੱਸ ਦਿਓ। ਮੇਰਾ ਨਾਮ ਬੇਬੀ ਆ, ਅਸੀਂ ਉੱਥੇ ਕਿਰਾਏ 'ਤੇ ਰਹਿੰਦੇ ਹਾਂ 4 ਨੰਬਰ ਗਲੀ 'ਚ। ਹਾਂਜੀ, ਬੱਚੇ ਖੇਡਦੇ ਆ ਨਾ ਗਲੀ 'ਚ, ਗਾਲਾਂ ਕੱਢਦਾ, ਥੱਪੜ ਮਾਰ ਕੇ ਭਜਾਊਗਾ ਬਹੁਤ। ਜੋ ਜਿਹੜਾ ਪਿਓ ਆ ਲੜਕੀ ਦਾ ਉਹ? ਹਾਂਜੀ, ਉਹਦਾ ਮੁੰਡਾ ਵੀ ਤੇ ਉਹ ਵੀ ਦੋਨੋਂ। ਹੋਰ ਕਿਸੇ ਬੱਚੇ ਦੇ ਡੋਲੇ ਨੀ ਹੋ ਸਕਦੇ, ਜੇ ਅਗਲਾ ਡੋਲਾ ਦਿਖਾਊਗਾ ਤਾਂ ਅਗਲਾ ਮਾਰੂਗਾ ਹੀ। ਫਿਰ ਐਵੇਂ ਥੋੜੇ ਕਹਿੰਦੇ, ਜੇ ਕੁੱਤੇ ਨੂੰ ਬੱਟਾ ਮਾਰਾਂ ਕੁੱਤਾ ਭੌਂਕੂਗਾ ਨਾ, ਉਹ ਕੰਮ ਇਹਨਾਂ ਦਾ ਆ। ਇਹ ਤਾਂ ਸਫਾਈ ਚਾਹੀਦੀ ਸਾਨੂੰ ਮਹੱਲੇ ਚੋਂ, ਹੋਰ ਕੁਛ ਨੀ ਚਾਹੀਦਾ ਆ। ਇਹ ਰੋਜ਼ ਦਾ ਜਿਹੜਾ ਕੰਜਰਖਾਨਾ ਹੁੰਦਾ ਨਾ, ਕੰਜਰੀ ਬਾਜ਼ਾਰ ਲੱਗਿਆ ਹੁੰਦਾ, ਇਹ ਨਹੀਂ ਹੋਣਾ ਚਾਹੀਦਾ। ਪੂਰੇ 10-12 ਸਾਲਾਂ ਤੋਂ ਇਹ ਚੱਲਦਾ ਆ ਰਿਹਾ, 15-20 ਦਿਨ ਪੰਗਾ ਪੈਣਾ ਹੀ ਪੈਣਾ, ਇਹਨਾਂ ਕਿਸੇ ਨਾ ਕਿਸੇ ਗੱਲ ਤੋਂ ਜ਼ਰੂਰ ਪੈਣਾ। ਪੁਲਿਸ ਵੀ ਖਪੀ ਪਈ ਆ, ਪੁਲਿਸ ਦਾ ਹੁਣ ਤਕਰੀਬਨ ਨਾ ਬਦਲ ਗਈ ਆ, ਮੁਲਾਜ਼ਮ ਬਦਲ ਗਏ। ਇਹਨਾਂ ਦੀ ਲੜਾਈ ਨੂੰ ਪੁਲਿਸ ਵੀ ਇਗਨੋਰ ਕਰਦੀ ਹੁੰਦੀ ਸੀ, ਵੀ ਇਹਨਾਂ ਦਾ ਕੰਮ ਹੀ ਇਹੀ ਆ। ਸਰਪੰਚ ਸਾਹਿਬ, ਹੁਣ 2 ਲੜਕੇ ਜਿਹੜੇ ਸੀਗੇ ਉਹਦੇ ਵਿੱਚ ਮੇਨ ਅਕਿਊਜ਼, ਉਹਨਾਂ ਵਿੱਚੋਂ ਇੱਕ ਜਿਹੜਾ ਗ੍ਰਿਫਤ ਦੇ ਵਿੱਚ ਆ ਪੁਲਿਸ ਦੀ? ਹਾਂਜੀ, ਇੱਕ ਗ੍ਰਿਫਤਾਰ ਆ। ਕੱਲ੍ਹ ਨੂੰ ਉਸ ਬੱਚੇ ਦਾ ਪੇਪਰ ਆ। ਦੇਖੋ, ਇਹ ਪ੍ਰਸ਼ਾਸਨ ਨੂੰ ਚਾਹੀਦਾ, ਬੱਚੇ ਦੀ ਪੜ੍ਹਾਈ ਖਰਾਬ ਹੁੰਦੀ ਆ, ਕੱਲ੍ਹ ਨੂੰ ਇਹਨਾਂ ਦਾ ਬੈਠ ਕੇ ਕਿਸੇ ਟਾਈਮ ਦੇ ਦੇਣ, ਅਤੇ ਹੁਣ ਤਾਂ ਬੱਚੇ ਨੂੰ ਛੱਡਣ, ਕਿਉਂ ਸਵੇਰੇ ਉਹਦਾ ਪੇਪਰ ਆ ਜੀ, ਉਹਦੀ ਪੜ੍ਹਾਈ ਤਾਂ ਪੂਰੀ ਕਰੇ ਉਹ ਬੱਚਾ, ਬਸ ਇਹੀ ਕਹਿਣਾ ਚਾਹੁੰਦਾ ਜੀ। ਕੀ ਨਾਮ ਕੀ ਆ ਜਿਹੜਾ ਅਰੈਸਟ ਕੀਤਾ ਲੜਕਾ? ਕੀ ਨਾਮ ਆ ਬੱਚੇ ਦਾ? ਛੋਟਾ ਜਿਹੜਾ ਤੁਹਾਡਾ ਬੇਟਾ ਹੈਗਾ, ਵੱਡੇ ਲੜਕੇ ਦਾ ਨਾਂ ਰਾਜੂ ਹੈ? ਮੇਰਾ ਪੋਤਾ ਹੈ ਜੀ, ਮੇਰਾ ਪੋਤਾ ਹੈ। ਇਹੀ ਆ ਕਿ ਅਸੀਂ ਗੰਦ ਨਹੀਂ ਸੁਣਨਾ ਚਾਹੁੰਦੇ ਹੈਗੇ, ਸਾਨੂੰ ਤਾਂ ਇਨਸਾਫ ਚਾਹੀਦਾ ਬਸ। ਹਰ ਸ਼ਨੀਵਾਰ ਕੀ ਉਸਦੀ ਛੁੱਟੀ ਹੁੰਦੀ ਆ, ਹਰ ਸ਼ਨੀਵਾਰ ਐਤਵਾਰ ਇਹੀ ਪੰਗਾ ਲੈਂਦਾ ਰਹਿੰਦਾ ਹੈਗਾ, ਇੰਨੀ ਗੰਦ ਲਫ਼ਜ਼ ਬੋਲਦਾ ਹੈਗਾ ਉਹ, ਸਾਨੂੰ ਇਨਸਾਫ ਚਾਹੀਦਾ ਬਸ। ਸਾਡੇ ਕੋਠਿਆਂ 'ਤੇ ਜਾ ਕੇ ਦੇਖੋ, ਉਹਨੇ ਕੈਮਰੇ ਲਾਏ ਹੋਏ ਆ ਸਾਡੇ ਕੋਠਿਆਂ 'ਤੇ, ਉਹ ਸਾਨੂੰ ਦੇਖਦਾ ਵਾ, ਸਾਨੂੰ ਦੇਖਦਾ, ਸਾਡੇ ਬੱਚਿਆਂ ਨੂੰ ਦੇਖਦਾ। ਅਸੀਂ ਉਦੋਂ ਵੀ ਕੰਪਲੇਂਟ ਕੀਤੀ ਸੀ ਕਿ ਉਹਨਾਂ ਦੇ ਕੈਮਰੇ ਉਤਾਰੇ ਜਾਣ, ਕੋਈ ਸੁਣਵਾਈ ਨਹੀਂ ਹੈਗੀ। ਤਾਂ SHO ਦੁਗਰੀ ਨਾਲ ਸੰਪਰਕ ਕਰਦੇ ਹਾਂ ਔਰ ਜਾਣਦੇ ਹਾਂ ਕਿ 31 ਤਰੀਕ ਦੀ ਇਹ ਸਾਰੀ ਜਿਹੜੀ ਘਟਨਾ, ਸਾਰਾ ਪਰਿਵਾਰ ਜਿਹੜਾ ਪੀੜਿਤ ਹੈਗਾ, ਔਰ ਹਾਲੇ ਤੱਕ ਪੁਲਿਸ ਵੱਲੋਂ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਸ ਪਰਿਵਾਰ ਦੀ, ਉਸ ਲੜਕੀ ਦੀ ਜਿਹੜੀ ਹੈ ਹਾਲਤ ਦੇਖੀ ਜਾਵੇ। ਤਾਂ ਫੋਨ ਕਰਕੇ ਪਤਾ ਕਰਦੇ ਹਾਂ, ਕਿਉਂਕਿ ਅਸੀਂ ਥਾਣੇ ਗਏ ਸੀ ਦੁਗਰੀ, ਤਾਂ ਥਾਣੇ ਦੇ ਵਿੱਚ ਜਿਹੜਾ ਨਹੀਂ ਮੇਲ ਹੋ ਸਕਿਆ SHO ਦੁਗਰੀ ਦੇ ਨਾਲ, ਤਾਂ ਹੁਣ ਆਪਾਂ ਫੋਨ ਕਰਕੇ ਦੇਖਦੇ ਹਾਂ ਕਿ ਕੀ ਕਹਿਣਾ ਹੈਗਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਉਹਦਾ ਵਰਜਨ ਮੈਮ ਦੇ ਦਿਓ ਜੀ, ਸੋਨਾਲੀ ਜਿਹੜੀ ਲੜਕੀ, ਡਿਪਟੀ ਸਾਹਿਬ ਦਾ ਲੈ ਲਓ। ਸਾਨੂੰ ਵੈਸੇ ਵੀ ਮਤਲਬ ਮੰਨਾ ਆ ਵੀ ਗਸਟਡ ਆਫੀਸਰ ਵੱਲੋਂ ਹੀ ਕੋਈ ਵੀ ਬਾਈਟ ਜਾਂ ਇੰਟਰਵਿਊ ਕੁਛ ਵੀ ਹੈ ਉਹ ਹੀ ਦੇਣਗੇ। ਤੁਹਾਨੂੰ ਮਨਾ ਕੀਤਾ ਗਿਆ ਬਾਈਟ ਦੇਣ ਤੋਂ ਜੀ? ਮਤਲਬ ਸਾਡੇ ਇਹ ਆਰਡਰ ਜੀ ਇਹ ਹੋਏ ਆ ਵੀ ਗਸਟਡ ਆਫੀਸਰ ਹੀ ਬਾਈਟ ਵਗੈਰਾ ਇਹ ਇੰਟਰਵਿਊ ਦੇਣਗੇ। ਕਿਹਨਾਂ ਵੱਲੋਂ ਮੈਮ ਆਰਡਰ ਜੇ? ਹੈਲੋ, ਤੁਸੀਂ ਜਿਹੜਾ ਕੁਛ ਮੇਰਾ ਰਿਟਰਨ ਲਿਖਣਾ ਆ ਤੁਸੀਂ ਰਿਟਰਨ 'ਚ ਲਿਖ ਲਓ, ਬਟ ਵਰਬਲੀ ਸਾਨੂੰ ਤੁਸੀਂ ਇੱਕ ਵਾਰੀ ACP ਸਾਹਿਬ ਨਾਲ ਹੀ ਗੱਲ ਕਰ ਲਓ ਇਸ ਬਾਰੇ, ਉਹਨਾਂ ਦੇ ਧਿਆਨ 'ਚ ਹੀ ਹੈ ਸਾਰਾ ਮੈਟਰ। ਧੰਨਵਾਦ ਜੀ। ਓਕੇ। ਤਾਂ ਪੁਲਿਸ ਦਾ ਪੱਖ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਪਰੰਤੂ ਪੁਲਿਸ ਨੇ ਆਪਣਾ ਪੱਖ ਜਿਹੜਾ ਨਹੀਂ ਦਿੱਤਾ ਹੈਗਾ। ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ। ਸੇਵਾ ਸਿੰਘ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।